ਪਿੰਡ ਪੰਜਾਬੀ ਟੀਵੀ ਦੀ ਟੀਮ ਅੱਜ ਤੁਹਾਨੂੰ ਲੈ ਕੇ ਜਾ ਰਹੀ ਹੈ ਜ਼ਿਲ੍ਹਾ ਸਾਹੀਵਾਲ ਦੇ ਚੱਕ ਨੰਬਰ 138-9L। ਇਹ ਪਿੰਡ ਸਾਹੀਵਾਲ ਸ਼ਹਿਰ ਤੋਂ 25 ਕਿਲੋਮੀਟਰ ਦੇ ਫਾਸਲੇ ਤੇ ਵਾਕਿਆ ਹੈ। ਕੌਮੀ ਸ਼ਾਹਰਾਹ ਤੇ ਜਾਈਏ ਤੇ ਫੱਤੋ ਮੋੜ ਤੋਂ ਮੋੜ ਮੁੜਨਾ ਪੈਂਦਾ ਹੈ। 138-9L ਤੋਂ ਹੁੰਦਿਆਂ ਹੋਇਆਂ ਬੰਦਾ 138-9L ਪਹੁੰਚ ਜਾਂਦਾ ਹੈ। ਨਾਂ ਦੀਆਂ ਤਿੰਨ ਆਬਾਦੀਆਂ ਨੇ ਜਿਨ੍ਹਾਂ ਵਿੱਚੋਂ ਅੱਜ ਅਸੀਂ ਤੁਹਾਨੂੰ ਵਿਖਾ ਰਹੇ ਹਾਂ 138-9L ਜ਼ਫਰਾਬਾਦ ਨਵੀਂ ਆਬਾਦੀ। ਇਹ ਪਿੰਡ ਜ਼ਿਲ੍ਹਾ ਸਾਹੀਵਾਲ ਦੀ ਯੂਨੀਅਨ ਕੌਂਸਲ ਨੰਬਰ 36 ਥਾਣਾ ਡੇਰਾ ਰਹੀਮ ਦੇ ਇਲਾਕੇ ਵਿੱਚ ਵਾਕਿਆ ਹੈ। ਇਸ ਪਿੰਡ ਦੇ ਆਲ ਦੁਆਲੇ ਦੇ ਪਿੰਡਾਂ ਵਿੱਚ 104-9L 131-9L 129-L 186-9L ਤੇ 187-9L ਸ਼ਾਮਲ ਨੇ। 138-9L ਦੀਆਂ ਤਿੰਨੇ ਆਬਾਦੀਆਂ ਦਾ ਰਕਬਾ 288 ਮੁਰੱਬੇ ਜ਼ਮੀਨ ਤੇ ਮੁਸ਼ਤਮਿਲ ਹੈ। ਇਸ ਪਿੰਡ ਦੇ ਲੋਕਾਂ ਦੀ ਅਕਸਰੀਅਤ ਵਾਈ ਬੀਜੀ ਯਾਨੀ ਜ਼ਰਾਤ ਦੇ ਨਾਲ ਜੁੜੀ ਹੋਈ ਹੈ ਤੇ ਇਹ ਹੀ ਉਹਨਾਂ ਦੀ ਰੋਜ਼ੀ ਰੋਟੀ ਦਾ ਸਭ ਤੋਂ ਵੱਡਾ ਜ਼ਰੀਆ ਹੈ। ਪਿੰਡ ਦੀਆਂ ਮਸ਼ਹੂਰ ਬਰਾਦਰੀਆਂ ਵਿੱਚ ਅਰਾਈ ਤੇ ਜੱਟ ਬਰਾਦਰੀ ਸ਼ਾਮਲ ਹੈ। ਇਸ ਪਿੰਡ ਵਿੱਚ ਆਬਾਦ ਅਰਾਈ 1947 ਵਿੱਚ ਜ਼ਿਲ੍ਹਾ ਜਲੰਧਰ, ਜ਼ਿਲ੍ਹਾ ਫਿਰੋਜ਼ਪੁਰ ਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਸਨ, ਜਦੋਂ ਕਿ ਇੱਥੇ ਆਬਾਦ ਜੱਟ ਧਾਲੀਵਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਉੱਠ ਕੇ ਪਾਕਿਸਤਾਨ ਆਏ ਸਨ। ਪਿੰਡ ਦੀਆਂ ਮਸ਼ਹੂਰ ਸ਼ਖਸੀਅਤਾਂ ਵਿੱਚ ਹਾਜੀ ਮੁਖਤਿਆਰ ਅਹਿਮਦ, ਚੌਧਰੀ ਮੁਹੰਮਦ ਸ਼ਫੀ, ਖੁਸ਼ੀ ਮੁਹੰਮਦ ਤੇ ਮੁਹੰਮਦ ਅਲੀ ਸ਼ਾਮਿਲ ਨੇ ਤੇ ਜੇਕਰ ਗਏ ਵੇਲਿਆਂ ਦੀ ਗੱਲ ਕੀਤੀ ਜਾਏ ਤਾਂ ਮੋਤਬਰ ਲੋਕਾਂ ਵਿੱਚ ਚੌਧਰੀ ਰਹਿਮਤ ਅਲੀ ਦਾ ਨਾਂ ਨਾ ਲੈਣਾ ਮੁਨਾਸਬ ਨਹੀਂ ਹੋਏਗਾ। ਚੌਧਰੀ ਰਹਿਮਤ ਅਲੀ ਨੇ ਇਸ ਪਿੰਡ ਵਾਸਤੇ ਬੜੀਆਂ ਵੱਡੀਆਂ ਖਿਦਮਤਾਂ ਕੀਤੀਆਂ ਜਿਨ੍ਹਾਂ ਨੂੰ ਲੋਕ ਅੱਜ ਵੀ ਸੁਨਹਿਰੇ ਲਫ਼ਜ਼ਾਂ ਵਿੱਚ ਯਾਦ ਕਰਦੇ ਨੇ। ਪਿੰਡ ਦੇ ਨੰਬਰਦਾਰਾਂ ਦੇ ਨਾਂ ਚੌਧਰੀ ਸੈਫੋ ਰਹਿਮਾਨ ਅਰਾਈਂ ਤੇ ਚੌਧਰੀ ਸੁਬਹਾਨ ਨੇ। ਪਿੰਡ ਵਿੱਚ ਮੁੰਡੇ ਤੇ ਕੁੜੀਆਂ ਦਾ ਹਾਈ ਸਕੂਲ ਵੀ ਮੌਜੂਦ ਹੈ। ਇਸ ਪਿੰਡ ਵਿੱਚ ਚਾਰ ਵੱਡੀਆਂ ਮਸੀਤਾਂ ਨੇ ਜਿੱਥੇ ਪੰਜੇ ਵੇਲੇ ਮੁਸਲਮਾਨ ਅੱਲਾ ਸੋਹਣੇ ਦੇ ਅੱਗੇ ਸਿਰ ਝੁਕਾਉਂਦੇ ਨੇ। ਪਿੰਡ ਵਿੱਚ ਦੋ ਅਜਿਹੇ ਬਜ਼ੁਰਗ ਵੀ ਮੌਜੂਦ ਨੇ ਜਿਨ੍ਹਾਂ ਦੀਆਂ ਉਮਰਾਂ 100 ਸਾਲ ਤੋਂ ਬਾਹਲੀਆਂ ਨੇ, ਜਿਨ੍ਹਾਂ ਵਿੱਚ ਬਾਬਾ ਅੱਲਾ ਰੱਖਾ ਧਾਲੀਵਾਲ ਜੱਟ ਦੀ ਉਮਰ 100 ਸਾਲ ਤੇ ਹਾਜੀ ਝੰਡੂ ਦੀ ਉਮਰ 109 ਸਾਲ ਦੇ ਕਰੀਬ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਦੀ ਡਾਕੂਮੈਂਟਰੀ ਤੁਹਾਡੇ ਪਿੰਡ ਬਾਰੇ ਬਣਾਈ ਜਾਏ ਤੇ ਸਕਰੀਨ ਤੇ ਨਜ਼ਰ ਆ ਰਹੇ ਨੰਬਰ ਤੇ ਰਾਬਤਾ ਕਰੋ, ਅਸੀਂ ਤੁਹਾਡੇ ਪਿੰਡ ਆਵਾਂਗੇ ਤੇ ਤੁਹਾਡੇ ਪਿੰਡ ਬਾਰੇ ਇਸੇ ਤਰ੍ਹਾਂ ਦੀ ਮਾਲੂਮਾਤੀ ਫਿਲਮ ਬਣਾ ਕੇ ਲੋਕਾਂ ਨੂੰ ਵਿਖਾਵਾਂਗੇ।